Thank you.
ਸ੍ਰੀ ਭਗਤੀ ਜੀ ਸਹਾਰੇ ਵਾਹ ਸ੍ਰੀ ਭਗਤੀ ਜੀ ਕੇ ਵਾਹ ਸਾਰੀ ਦਸਵੇ ਪ੍ਰਥਮ ਭਗਤੀ ਸਪ੍ਰਕਾਰ ਗੁਰੂ ਨਾਨਕ ਦੇ ਧਿਆਏ ਰੰਗਤ ਗੁਰਤੇ ਅਮਰਦਾਸ ਰਾਮਦਾਸ ਨੂੰ ਰਾਜੇ ਨੇ ਘੋੜਾ ਮੰਗਾਇਆ ਉੱਪਰ ਕੜੀ ਪਾਈ
ਅਸ਼ਟਾਵਕਰ ਮੁਨੀ ਦੇ ਕੋਲ ਗਿਆ, ਨਮਸਕਾਰ ਕੀਤੀ, ਮੱਥਾ ਟੇਕਿਆ। ਹੌਲੀ ਹੌਲੀ ਚੱਲਦੇ ਚੱਲਦੇ ਰਾਜਾ ਜਨਕ ਘੋੜੇ ਦੇ ਪਾਸ ਜਾ ਪਹੁੰਚਿਆ। ਜਿਸ ਵੇਲੇ ਰਾਜਾ ਜਨਕ ਘੋੜੇ ਦੀ ਨਿਤਾਲ ਦੇ ਵਿੱਚ ਪੈਰ ਪਾ ਘੋੜੇ ਤੇ ਚੜ੍ਹਨ ਲੱਗਿਆ, ਉਸ ਵੇਲੇ ਅਸ਼ਟਾਵਕਰ ਮੁਨੀ ਨੇ ਆਵਾਜ਼ ਮਾਰੀ, ਕਹਿੰਦੇ ਰਾਜੇ ਦਈ ਰੁਕ ਜਾ, ਘੋੜੇ ਤੇ ਨਹੀਂ ਚੜ੍ਹਨਾ। ਰਾਜਾ ਜਨਕ ਹੈਰਾਨ ਹੋ ਗਿਆ, ਕਹਿੰਦਾ ਮਹਾਰਾਜ ਵੇਖੋ, ਤੁਸੀਂ ਮੈਨੂੰ ਗਿਆਨ ਦੇਣਾ ਹੈ ਤੇ ਮੈਂ ਗਿਆਨ ਪ੍ਰਾਪਤ ਕਰਨਾ ਹੈ। ਸਵਾਲ ਮੈਂ ਤੁਹਾਨੂੰ ਦੱਸ ਦਿੱਤਾ, ਨਾਲ ਸ਼ਰਤਾਂ ਦੱਸ ਦਿੱਤੀਆਂ, ਹੁਣ ਮੈਨੂੰ ਰੋਕਿਆ ਕਿਸ ਵਾਸਤੇ ਹੈ? ਅਸ਼ਟਾਵਕਰ ਜੀ ਕਹਿਣ ਲੱਗੇ, ਰਾਜੇ ਜਦੋਂ ਗੁਰ ਧਾਰਨਾ ਕਰੀਏ ਨਾ, ਗੁਰ ਧਾਰਨਾ ਤੇ ਪਹਿਲਾਂ ਗੁਰ ਦੱਖਣਾ ਦੇਣੀ ਪੈਂਦੀ ਹੈ। ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਵੇਲੇ 1699 ਦੀ ਵਿਸਾਖੀ ਪੰਜ ਪਿਆਰੇ ਸਾਹਿਬਾਨਾਂ ਦੀ ਗੁਰਮੁਖ ਪਿਆਰੇ ਰਚਨਾ ਕੀਤੀ, ਪੰਜ ਪਿਆਰੇ ਸਾਜੇ, ਤੇ ਆਪਾਂ ਸਾਰੇ ਇਤਿਹਾਸ ਤੋਂ ਜਾਣੂ ਹਾਂ, ਪੰਜਾਂ ਦੇ ਕੋਲੋਂ ਜੋ ਗੁਰ ਦੱਖਣਾ ਮੇਰੇ ਪਾਤਸ਼ਾਹ ਨੇ ਲਈ, ਪੰਜਾਂ ਦੇ ਕੋਲੋਂ ਸੀਸ ਲਏ, ਅੱਜ ਵੀ ਜਿਸ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਅੰਮ੍ਰਿਤ ਵਧਾਕੀਆਂ ਨੂੰ ਇਹ ਸ਼ਬਦ ਦਿੱਤ ਕਰਾਏ ਜਾਂਦੇ ਆ, ਵੀ ਗੁਰਸਿੱਖਾ ਇਹ ਜਿਹੜਾ ਤੇਰਾ ਸੀਸ ਆਨਾ ਇਹ ਗੁਰੂ ਦੀ ਅਮਾਨਤ ਹੈ, ਇਹ ਸੀਸ ਆਨਾ ਤੋਂ ਗੁਰੂ ਦਾ ਚੁੱਕਿਆ, ਜਦੋਂ ਵੀ ਲੋੜ ਪਵੇ ਤੈਨੂੰ ਆਪਣਾ ਸੀਸ ਗੁਰੂ ਦੇ ਵਾਸਤੇ ਦੇਣਾ ਪਵੇਗਾ, ਜੋ ਤੋਂ ਪ੍ਰੇਮ ਕਿਧਰ ਸੱਚ ਆਓ ਮਿੱਤਰ ਤਲੀ ਗਲੀ ਮੇਰੀ ਆਓ ਮਾਰ ਪੈਰ ਧਲੀ ਜੈ ਸੰਧੀ ਜੈ ਕਾਮਨਾ ਕੀ ਜੈ। ਪਹਿਲਾ ਮਹਾਂ ਗੋਲ ਜੀਵਨ ਕੀ ਕਰਿਆ ਕਹਿੰਦਾ ਜੀ ਰਾਜ ਮੇਰਾ, ਖਜ਼ਾਨਾ ਮੇਰਾ, ਪੰਜਾਂ ਮੇਰੀਆਂ, ਸਾਰਾ ਕੁਝ ਤੇ ਮੇਰਾ ਹੀ ਹੈ, ਜੇ ਮਰਜ਼ੀ ਲੈ ਜਾਓ। ਅਸ਼ਟਾਵਕਰ ਮੁਨੀ ਕਹਿੰਦੇ ਰਾਜੇ ਦੇਖੋ, ਪਹਿਲਾਂ ਤੇਰੇ ਵੱਡ ਵਡੇਰੇ ਤੇਰੇ ਬਾਪ ਦਾਦੇ ਵਰਗੇ ਕਿਆ ਕਰਦੇ, ਸੰਸਾਰਾ ਕੋਈ ਸਾਡਾ ਹੈ? ਅਸ਼ਟਾਵਕਰ ਜੀ ਕਹਿਣ ਲੱਗੇ, ਉਹ ਕਿਆ ਕਰਦੇ, ਸੰਸਾਰਾ ਕੋਈ ਸਾਡਾ ਹੈ, ਕਿੱਥੇ ਗਏ ਹੋ? ਕਹਿੰਦਾ ਮਹਾਰਾਜ ਆਪਣੀ ਉਮਰਾਂ ਨੂੰ ਭੋਗ ਕੇ ਉੱਤੇ ਸਾਰੇ ਚਲੇ ਗਏ। ਅਸ਼ਟਾਵਕਰ ਜੀ ਕਹਿੰਦੇ ਰਾਜੇ ਸਾਥ ਕੁਝ ਲੈ ਕੇ ਗਏ? ਇਹਨਾਂ ਦੇ ਸਾਥ ਤੇ ਕੁਝ ਨਹੀਂ ਲੈ ਕੇ ਗਏ। ਕਹਿੰਦੇ ਵੇਖ ਰਾਜੇ, ਹੁਣ ਤੇਰੇ ਜਿਉਂਦੇ ਜੀ, ਤੂੰ ਕਹਿੰਦਾ ਸਾਰਾ ਕੁਝ ਮੇਰਾ ਹੈ, ਪਰ ਤੇਰੀ ਔਲਾਦ ਕਹਿੰਦੀ ਸਾਰਾ ਕੁਝ ਸਾਡਾ, ਦੱਸ ਤੇ ਸਹੀ ਇਹਦੇ ਵਿੱਚ ਤੇਰਾ ਕੀ ਹੈ? ਰਾਜੇ ਮੈਨੂੰ ਬਹੁਤ ਵੱਡਾ ਭੁਲੇਖਾ ਹੈ, ਬੜੇ ਬੜੇ ਦੁਨੀਆਂ ਤੇ ਆਏ, ਦੁਰਯੋਧਨ ਵਰਗੇ ਵੱਡੇ ਵੱਡੇ ਰਾਜ ਭਾਗਾਂ ਦੇ ਮਾਲਕ, ਮੇਰੀ ਮੇਰੀ ਕਰਨ ਵਾਲੇ, ਉਹ ਵੀ ਸਾਥ ਕੁਝ ਨਹੀਂ ਲੈ ਕੇ ਗਏ। ਮੇਰੀ ਮੇਰੀ ਕਰਨ ਕਰਦੇ ਦੁਰਯੋਧਨ ਸਿੰਘ ਭਾਈ ਮਹਾਰਾਜ ਕਰੀ ਹੋਏ ਮਾਂ ਮੇਰੀ ਰਾਤ ਹੋਈ।
ਸੱਜੇ ਪਾਤਸ਼ਾਹ ਸਾਨੂੰ ਗੁਰਬਾਣੀ ਵਿੱਚ ਗਿਆਨ ਬਖਸ਼ਦੇ ਭਾਈ ਵੱਡੇ ਵੱਡੇ ਰਾਜ ਭਾਸ਼ਾ ਦੇ ਮਾਲਕ ਆਪਾਂ ਤੇ ਕਿਸੇ ਗਿਣਤੀ ਵਿੱਚ ਨਹੀਂ ਆ ਸਾਡਾ ਦੱਸ ਕੇ ਕਹੀਏ ਦੇ ਵਿੱਚ ਤੇਰਾ ਕੀ ਹੈ ਜਦੋਂ ਐਸਾ ਵਚਨ ਹੋਇਆ
ਕਹਿੰਦਾ ਮਹਾਰਾਜ ਗਿਆਨ ਬਾਅਦ ਵਿੱਚ ਲਵਾਂਗਾ, ਪਹਿਲਾਂ ਕਿਰਪਾ ਕਰਕੇ ਇਹ ਦੱਸ ਦਿਓ ਵੀ ਉਹ ਕਿਹੜੀ ਵਸਤੂ ਹੈ ਜਿਹੜੀ ਮੇਰੀ ਆਪਣੀ ਜਿਹੜੀ ਤੁਸੀਂ ਮੈਨੂੰ ਮੰਗ ਰਹੇ ਹੋ। ਦੇਖੋ ਬੰਦਾ ਦੁਨੀਆ ਦਾ ਸਭ ਤੋਂ ਵੱਡਾ ਵਿਦਵਾਨ, ਸਭ ਤੋਂ ਵੱਡਾ ਗਿਆਨੀ ਆ, ਜਿਹਨੂੰ ਇਹ ਪਤਾ ਲੱਗਦਾ ਵੀ ਉਹ ਕਿਹੜੀ ਵਸਤੂ ਹੈ ਜਿਹੜੀ ਮੇਰੀ ਆਪਣੀ ਆ। ਜਿਹਨਾਂ ਵਸਤੂਆਂ ਨੂੰ ਅਸੀਂ ਆਪਣੀਆਂ ਮੰਨੀ ਕਰਦੇ ਹਾਂ, ਬਈ ਇਹ ਘਰ ਮੇਰਾ, ਇਹ ਜ਼ਮੀਨ ਮੇਰੀ, ਪੁੱਤਰ ਧੀਆਂ ਮੇਰੇ, ਤੇਰੀ ਆਪਣੀ ਨਹੀਂ ਆ, ਕੋਈ ਵੀ ਵਸਤੂ ਤੇਰੀ ਆਪਣੀ ਨਹੀਂ। ਆਪਣੀ ਚੀਜ਼ ਉਹ ਮੰਨੀ ਜਾਂਦੀ ਜਿਹੜੀ ਸਾਥ ਜਾਵੇ, ਜਿਹਨਾਂ ਚੀਜ਼ਾਂ ਨੇ ਇੱਥੇ ਰਹਿ ਜਾਣਾ ਬਾਣੀ ਤੇਰੀ, ਉਹ ਵਸਤੂ ਉਹ ਚੀਜ਼ ਤੇਰੀ ਆਪਣੀ ਨਹੀਂ ਹੋ ਸਕਦੀ। ਕਰਨਾ ਤੇ ਲਿਖ ਪਿਆ ਅਸਾ ਬੱਕਰ ਬਣੀ ਦੇ ਰਾਜਾ ਜਨਕ, ਕਹਿੰਦਾ ਮਹਾਰਾਜ ਗਿਆਨ ਬਾਅਦ ਵਿੱਚ ਲਵਾਂਗਾ, ਪਹਿਲਾਂ ਕਿਰਪਾ ਕਰਕੇ ਇਹ ਦੱਸ ਦਿਓ ਬਈ ਉਹ ਕਿਹੜੀ ਵਸਤੂ ਹੈ ਜਿਹੜੀ ਮੇਰੀ ਆਪਣੀ ਆ। ਆਓ ਅੱਜ ਆਪਾਂ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਗਿਆਨ ਬਖਸ਼ੋ, ਗੁਰਬਾਣੀ ਗਿਆਨ ਹੈ, ਗੁਰਬਾਣੀ ਜੀਵਨ ਦੀ ਜਾਚ ਹੈ, ਜਿੱਥੋਂ ਮਰਜ਼ੀ ਮਨ ਸੁਣ ਕੇ ਗੁਰਮਤਿ ਪਿਆਰੇ ਗੁਰਬਾਣੀ ਨੂੰ ਵੇਖ ਲਈਏ, ਗਿਆਨ ਹੀ ਗਿਆਨ ਹੈ। ਜਿਹੜੇ ਗਿਆਨਵਾਨ ਗੁਰਸਿੱਖ ਗੁਰਮਤਿ ਪਿਆਰੇ, ਜਿਹੜੇ ਗੁਰਮਤਿ ਜਨ ਨੇ, ਜਿਹਨਾਂ ਨੇ ਗੁਰੂ ਦੇ ਬਚਨਾਂ ਨੂੰ ਪੜ੍ਹ ਸੁਣ ਕੇ ਬਣਿਆ, ਉਹ ਜਦੋਂ ਫਿਰ ਕੋਈ ਜੀਵ ਆਤਮਾ ਵਿਛੜ ਜਾਂਦੀ ਹੈ, ਜਿਸ ਤਰ੍ਹਾਂ ਸਰਦਾਰ ਕਰਮ ਸਿੰਘ ਜੀ ਹੋਣੇ ਆਪਣੇ ਸਵਾਸਾਂ ਖਜ਼ਾਨੇ ਨੂੰ ਧੋ ਕੇ ਚਲੇ ਗਏ ਆ, ਉਹ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਕੇਵਲ ਅਰਦਾਸ ਕਰਦੇ, ਕੋਈ ਉਲੰਭਾ ਨਹੀਂ ਦਿੰਦੇ। ਉਹ ਗੁਰਮੁਖ ਜਨ ਤੇ ਕੇਵਲ ਅਰਦਾਸ ਕਰਦੇ, ਜਿਸ ਦੀ ਵਰਤ ਸੋਈ ਦਾ ਜਾਏਗਾ, ਰੋਸ ਕਿਸੇ ਤੋਂ ਕੀਜੈ, ਗੁਰਮੁਖ ਵੇ ਤੋਂ ਭਾਣਾ ਮੰਗਾ ਪਹਿਲੀ ਹਾਲਤ ਕੀਜੈ। ਉਹਦੇ ਅਰਦਾਸ ਕਰਦੇ ਸੱਚੇ ਪਾਤਸ਼ਾਹ, ਇਹ ਜੀਵਾਤਮਾ ਤੁਹਾਡੀ ਇਮਾਨਤ ਸੀ, ਤੁਸੀਂ ਭੇਜਿਆ ਤੇ ਇਹ ਆਏ, ਜਦੋਂ ਤੁਸੀਂ ਬੁਲਾਇਆ ਤੇ ਵਾਪਸ ਗਏ, ਘੱਲੇ ਆਵੇ ਨਾਨਕਾ ਧੱਲੇ ਉੱਠੀ ਜਾਵੇ। ਕਬੀਰ ਮੇਰਾ ਤੁਝ ਮੈਂ ਕਿਸ ਨਹੀਂ, ਜੋ ਕਿਸਾ ਹੈ ਸੋ ਤੇਰਾ, ਤੇਰਾ ਤੁਸੀਂ ਕੋਈ ਬਹੁਤ ਕੇ ਗਿਆਨ ਆ ਗਿਆ ਮੇਰਾ, ਬਾਣੀ ਦੇ ਵਚਨਾਂ ਪੜ੍ਹ ਲਈਏ ਸਾਰੇ, ਕਿਸੇ ਜੋ ਕਿਸ ਹੈ ਮੇਰੇ ਕੋਈ।
ਤੇਰਾ ਤੁਝ ਕੋ ਸੌ ਤੇ ਕਿਆ ਲਾਗੈ ਮੇਰਾ। ਅਸ਼ਟਾਵਕਰ ਮੁਨੀ ਦੇ ਚਰਨਾਂ ਤੇ ਲਿਖ ਪਿਆ ਰਾਜਾ ਜਨਕ ਕਹਿੰਦਾ ਮਹਾਰਾਜ ਗਿਆਨ ਬਾਅਦ ਵਿੱਚ ਲਵਾਂਗਾ, ਪਹਿਲਾਂ ਕਿਰਪਾ ਕਰਕੇ ਦੱਸੋ ਵੀ ਉਹ ਕਿਹੜੀ ਵਸਤੂ ਹੈ, ਕਿਹੜੀ ਚੀਜ਼ ਹੈ ਜਿਹੜੀ ਮੇਰੀ ਆਪਣੀ ਜੋ ਗੁਰਦੱਖਣਾ ਰੂਪ ਵਿੱਚ ਤੁਸੀਂ ਮੈਨੂੰ ਮੰਗ ਰਹੇ ਹੋ। ਅਸ਼ਟਾਵਕਰ ਮੁਨੀ ਕਹਿੰਦੇ ਰਾਜੇ ਤੇਰੇ ਪਾਸ ਇੱਕ ਚੀਜ਼ ਹੈ, ਉਹ ਸਾਨੂੰ ਦੇ ਦੇ, ਅਸੀਂ ਤੈਨੂੰ ਗਿਆਨ ਦੇ ਦਿੰਦੇ ਹਾਂ। ਕਹਿੰਦਾ ਮਹਾਰਾਜ ਦੱਸੋਗੇ ਸਹੀ? ਅਸ਼ਟਾਵਕਰ ਜੀ ਕਹਿੰਦੇ ਰਾਜੇ ਜਿਹੜਾ ਤੇਰਾ ਮਨ ਹੈਗਾ, ਮਨ ਤੇਰਾ ਆਪਣਾ ਮਨ ਸਾਨੂੰ ਦੇ ਦੇ, ਅਸੀਂ ਤੈਨੂੰ ਗਿਆਨ ਦੇ ਦਿੰਦੇ। ਦੇਖੋ ਗੁਰੂ ਦੀ ਬਾਣੀ ਪੜ੍ਹ ਕੇ ਗੁਰਮੁਖ ਪਿਆਰਿਓ, ਸਤਿਗੁਰੂ ਪਾਤਸ਼ਾਹ ਮਹਾਰਾਜ ਵੀ ਗੁਰਸਿੱਖ ਦੇ ਪਾਸੋਂ ਮਨ ਹੀ ਮੰਗਦੇ ਆ। ਮਨ ਆ ਜਿਹੜੀਆਂ ਵਸਤੂਆਂ ਆਪਾਂ ਭੇਟਾ ਕਰਦੇ ਹਾਂ ਨਾ, ਮਾਇਆ ਕਰਕੇ, ਪਦਾਰਥ ਕਰਕੇ, ਦੁੱਧ ਕਰਕੇ, ਇਹ ਤੇ ਗੁਰੂ ਘਰ ਦੀਆਂ ਸੇਵਾਵਾਂ ਦੇ ਵਾਸਤੇ, ਲੰਗਰਾਂ ਦੇ ਵਾਸਤੇ ਗੁਰਮੁਖ ਪਿਆਰਿਓ, ਸਤਿਗੁਰੂ ਪਾਤਸ਼ਾਹ ਗੁਰਸਿੱਖ ਦੇ ਪਾਸੋਂ ਮਨ ਮੰਗਦੇ ਆ। ਗੁਰ ਕਾ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਸਾ, ਆਪਸ ਕੋ ਕਰ ਕਸ਼ਨਾ ਜਨਾਵੈ, ਹਰ ਹਰ ਨਾਮ ਹਿਰਦੇ ਸੁਖ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੀ ਕਾਲ ਨਿਰਾਸ। ਬਾਣੀ ਕਹਿੰਦੀ ਗੁਰਸਿੱਖਾਂ ਦੇ ਤਾਂ ਤੇਰਾ ਮਨ ਹੈ ਨਾ, ਮਨ ਬਹੁਤ ਵਿਗੜਿਆ ਹੋਇਆ ਹੈ, ਵਿਹਲਾ ਮਨ ਸ਼ੈਤਾਨ ਦਾ ਘਰ ਬਣ ਜਾਂਦਾ ਹੈ, ਇਸ ਕਰਕੇ ਜਿਹੜਾ ਤੇਰਾ ਮਨ ਹੈ ਨਾ, ਮਨ ਸਾਨੂੰ ਵੇਚ ਦੇ। ਹੁਣ ਜਿਹੜੀ ਚੀਜ਼ ਵਿੱਚ ਨੁਕਸ ਪੈ ਜੇ, ਵਿਗੜ ਜਾਏ, ਤੇ ਘਰਾਂ ਦੇ ਵਿੱਚ ਆਪਾਂ ਮੋਟਰਸਾਈਕਲ, ਕਾਰਾਂ, ਜੀਪਾਂ ਰੱਖੀਆਂ, ਕੋਈ ਨੁਕਸ ਪੈ ਜਾਏ ਤੇ ਆਪਾਂ ਠੀਕ ਕਰਾਉਂਦੇ ਹਾਂ, ਠੀਕ ਕਰਾਇਆ ਵੀ ਠੀਕ ਨਾ ਚੱਲੇ ਤੇ ਆਪਾਂ ਦੂਜੀ ਵਾਰ ਫਿਰ ਠੀਕ ਕਰਾਉਂਦੇ ਹਾਂ, ਵੀ ਇਹਨੂੰ ਚੰਗੀ ਤਰ੍ਹਾਂ ਦੇ, ਠੀਕ ਨਹੀਂ ਚੱਲਦਾ, ਫਿਰ ਵੀ ਠੀਕ ਕਰਾਇਆ, ਠੀਕ ਨਾ ਚੱਲੇ ਤੇ ਫਿਰ ਆਪਣਾ ਫੈਸਲਾ ਹੁੰਦਾ ਵੀ ਇਹਨੂੰ ਵੇਚ ਦਿੱਤਾ ਜਾਏ। ਜਿਹੜੀ ਚੀਜ਼ ਖਰਾਬ ਹੋ ਜਾਏ, ਠੀਕ ਕਰਿਆ ਵੀ ਠੀਕ ਨਾ ਚੱਲੇ ਤੇ ਆਪਣੇ ਮਨ ਦਾ ਫੈਸਲਾ ਹੁੰਦਾ ਵੀ ਇਹਨੂੰ ਵੇਚ ਦਿੱਤਾ ਜਾਏ। ਇਸੇ ਤਰ੍ਹਾਂ ਬਾਣੀ ਕਹਿੰਦੀ ਗੁਰਸਿੱਖਾ ਤੇਰਾ ਮਨ ਬਹੁਤ ਵਿਗੜਿਆ, ਇਹਨੂੰ ਤੂੰ ਸਾਨੂੰ ਵੇਚ ਦੇ। ਪਰ ਵੇਚਣਾ ਵੀ ਦੋ ਤਰ੍ਹਾਂ ਹੁੰਦਾ ਗੁਰਮੁਖ ਪਿਆਰਿਓ, ਗੁਰਮੁਖ ਹਮੇਸ਼ਾ ਗੁਰੂ ਦੀ ਮੰਤ ਅਨੁਸਾਰ ਚੱਲਦਾ, ਮਨ ਦੀ ਮਰਜ਼ੀ ਹੀ ਕਰਦਾ। ਮਨਮੁਖ ਬੰਦਾ ਜਿਹੜਾ ਉਹ ਹਮੇਸ਼ਾ ਮਨ ਦੇ ਪਿੱਛੇ ਲੱਗਦਾ ਤੇ ਮਨ ਦੇ ਕਹੇ ਅਨੁਸਾਰ ਚੱਲਦਾ। ਇਸ ਕਰਕੇ ਆਓ ਆਪਣਾ ਮਨ ਹੈ ਜਿਹੜਾ ਗੁਰੂ ਨੂੰ ਵੇਚ ਦੇਈਏ। ਸਤਿਗੁਰੂ ਜੀ ਗੁਰਸਿੱਖ ਦੇ ਪਾਸੋਂ ਮਨ ਹੀ ਮੰਗਦੇ ਆ। ਅਸ਼ਟਾਵਕਰ ਮੁਨੀ ਕਹਿਣ ਲੱਗੇ ਰਾਜੇ ਤੇਰੇ ਪਾਸ ਇੱਕ ਚੀਜ਼ ਆ, ਉਹ ਹੈ ਤੇਰਾ ਮਨ। ਮਨ ਸਾਨੂੰ ਦੇ ਕੇ ਅਸੀਂ ਤੈਨੂੰ ਗਿਆਨ ਦੇ ਦਿੰਦੇ ਹਾਂ। ਭਰੀ ਹੋਈ ਸਭਾ ਦੇ ਵਿੱਚ ਰਾਜੇ ਜਨਕ ਨੇ ਅਰਦਾਸ ਕਰਾ ਦਿੱਤੀ, ਕਹਿਣ ਲੱਗਿਆ ਮਹਾਰਾਜ ਮਨ ਮੈਂ ਤੁਹਾਨੂੰ ਦਿੱਤਾ। ਹੁਣ ਦੇਖੋ ਭਾਵੇਂ ਕਿ ਮਨ ਦੇ ਬਾਬਤ ਬੜੇ ਵਿਸਥਾਰਪੂਰਵਕ ਵਚਨ ਗੁਰਬਾਣੀ ਦੇ ਵਿੱਚ ਆਉਂਦੇ ਆ, ਪਰ ਬਹੁਤ ਐਸੇ ਘੱਟ ਗੁਰਮੁਖ ਹੈ ਜਿਹਨਾਂ ਨੂੰ ਪਤਾ ਹੋਵੇਗਾ ਕਿ ਮਨ ਕਿਹਨੂੰ ਕਹਿੰਦੇ ਆ। ਸਰੀਰ ਦੇ ਇਕੱਲੇ ਇਕੱਲੇ ਅੰਗ ਵਾਲੇ ਅੱਜ ਸਾਇੰਸਦਾਨ ਡਾਕਟਰ ਦੱਸ ਦੇਣਗੇ, ਪਰ ਮਨ ਕੀ ਹੈ? ਸਤਿਗੁਰੂ ਜੀ ਕਹਿੰਦੇ ਸੀ ਬੜੇ ਬੜੇ ਆਏ ਪਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਮਨ ਕਿਹਨੂੰ ਕਹਿੰਦੇ ਆ। ਸੰਕਾਲਕ ਨਾਰਦ ਮਨ ਸੇਖਾ, ਤਿਲ ਕੀ ਤਨ ਮੈਂ ਮਨ ਨਹੀਂ ਦੇਖਾ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੇ ਮਨ ਕਹਾ ਸੁਣਾਏ। ਮਹਾਰਾਜ ਕਹਿੰਦੇ ਬ੍ਰਹਮਾ ਦੇ ਪੁੱਤਰ ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ ਜਿਨ੍ਹਾਂ ਨੇ ਬੜੀ ਬੰਦਗੀ ਕੀਤੀ, ਬੜਾ ਜਪ ਤਪ ਕੀਤਾ, ਪਰ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਕਿ ਸਰੀਰ ਵਿੱਚ ਮਨ ਨਾਮ ਦੀ ਕੋਈ ਚੀਜ਼ ਹੈ, ਜੇ ਹੈ ਤੇ ਕਿੱਥੇ ਕੁ ਹੈ। ਸਾਨੂੰ ਸਤਿਗੁਰੂ ਜੀ ਨੇ ਖੋਜ ਵਾਲੇ ਪਾਸੇ ਲਾਇਆ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾ ਸੁਣਾਈ। ਬਈ ਜੇ ਤੁਸੀਂ ਬਣਦੇ ਹੋ ਸਰੀਰ ਦੇ ਵਿੱਚ ਮਨ ਨਾਮ ਦੀ ਕੋਈ ਚੀਜ਼ ਹੈ, ਤਾਂ ਮਹਾਰਾਜ ਕਹਿੰਦੇ ਜਦੋਂ ਸਰੀਰ ਦੀ ਮੌਤ ਹੋ ਜਾਂਦੀ ਤੇ ਫਿਰ ਮਨ ਕਿੱਥੇ ਜਾਂਦਾ ਹੈ, ਮਨ ਕਿੱਧਰ ਜਾਂਦਾ ਹੈ? ਤਨ ਛੁੱਟੇ ਮਨ ਕਹਾ ਸੁਣਾਈ। ਮਨ ਦੇ ਬਾਬਤ ਬੜੇ ਵਿਸਥਾਰ ਪੂਰਵਕ ਵਚਨ, ਕਬੀਰ ਮਨ ਪੰਛੀ ਭਿਓ ਉੜ ਉੜ ਦਹਿ ਦਿਸ ਜਾਏ। ਮਹਾਰਾਜ ਕਹਿੰਦੇ ਮਨ ਜਿਹੜਾ ਪੰਛੀ ਦੀ ਨਿਆਈ ਉਡਾਦੀਆਂ ਮਾਰਦਾ, ਟਿਕਦਾ ਨਹੀਂ, ਬਹਿੰਦਾ ਨਹੀਂ, ਕਿਤੇ ਮਨ ਦੇ ਬਾਬਤ ਵਚਨ ਆਉਂਦਾ ਹੈ, ਅੰਨਾ ਦੀਪ ਜਾਤ ਪਰਦੇਸੀ ਕਿਣ ਆਵੈ ਤਿਲ ਜਾਵੈ, ਕਿਤੇ ਮਹਾਰਾਜ ਮਨ ਦੇ ਬਾਬਤ ਵਚਨ ਲਿਖਦੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਪਰ ਮਹਾਂਪੁਰਖ ਜਦੋਂ ਵਿਦਾਂਤ ਦੀ ਪੜ੍ਹਾਈ ਕਰਾਇਆ ਕਰਦੇ ਸਨ, ਬੜੇ ਸੌਖੇ ਤਰੀਕੇ ਨਾਲ ਉਹਦੇ ਵਿੱਚ ਦੱਸਿਆ ਗਿਆ ਕਿ ਮਨ ਕਿਹਨੂੰ ਕਹਿੰਦੇ ਆ। ਸੰਕਲਪੋ ਵਿਕਲਪੋ ਹੀ ਮਨੰ, ਬੰਦੇ ਦੀਆਂ ਜਿਹੜੀਆਂ ਸੋਚਾਂ ਤੇ ਵਿਚਾਰਾਂ, ਇਸੇ ਨੂੰ ਮਨ ਮੰਨਿਆ।
ਹੁਣ ਵੇਖੋ ਜਦੋਂ ਅੰਮ੍ਰਿਤ ਵੇਲੇ ਸਤਿਗੁਰੂ ਦੀ ਬਾਣੀ ਦੇ ਵਚਨ ਸਾਡੇ ਕੰਨੀ ਪੈਂਦੇ ਆ, ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਬਰਮੀਆਂ ਦਾ ਕੱਪੜਾ ਨਦਰੀ ਮੋਖ ਦੁਆਰ, ਗੁਰੂ ਘਰ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਵੀ ਗੁਰਸਿੱਖਾਂ ਉਸ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ ਬਾਣੀ ਬਾਣੀ ਨਾਲ ਜੁੜ, ਜਿਹੜੇ ਗੁਰਮੁਖਾਂ ਤੇ ਸੁਣ ਕੇ ਮੰਨ ਲੈਂਦੇ ਆ। ਪਰ ਕਈ ਐਸੇ ਲੋਕ ਜਿਹੜੇ ਸੁਣ ਕੇ ਵੀ ਅਣਸੁਣਿਆ ਕਰ ਦਿੰਦੇ ਆ, ਜਦੋਂ ਉਹਨਾਂ ਨੂੰ ਪੁੱਛੀਏ ਬਈ ਬਾਣੀ ਦੇ ਵਚਨ ਤੁਸੀਂ ਸੁਣੇ ਨੀ, ਜੇਕਰ ਸੁਣੇ ਤੇ ਫਿਰ ਉੱਠ ਕੇ ਇਸ਼ਨਾਨ ਕਿਉਂ ਨੀ ਕੀਤਾ, ਗੁਰੂ ਘਰ ਕਿਉਂ ਨੀ ਗਏ, ਤੇ ਉਹਨਾਂ ਦਾ ਜਵਾਬ ਹੁੰਦਾ ਹੈ, ਕਹਿੰਦੇ ਜੀ ਅੰਮ੍ਰਿਤ ਵਾਲੇ ਉੱਠਣ ਨੂੰ ਮਨ ਨਹੀਂ ਕਰਦਾ, ਇਸ਼ਨਾਨ ਕਰਨ ਨੂੰ ਮਨ ਨਹੀਂ ਕਰਦਾ, ਗੁਰਦੁਆਰੇ ਜਾਣ ਨੂੰ ਮਨ ਨਹੀਂ ਕਰਦਾ। ਮਨ ਕੀ ਹੈ? ਬੰਦੇ ਦੀ ਜਿਹੜੀ ਸੋਚ, ਬੰਦੇ ਦੀ ਜਿਹੜੀ ਵਿਚਾਰ, ਇਸੇ ਨੂੰ ਗੁਰਬਾਣੀ ਨੇ ਮਨ ਮੰਨਿਆ। ਰੋ ਵਿਚਾਰ ਮਾਰਨ ਕਰ ਰਿਹਾ ਸੀ ਅਸਤਾ ਬੱਕਰ ਮੁਨੀ ਨੇ, ਜਿਸ ਵੇਲੇ ਗੁਰਦਕਸ਼ਣਾ ਮੰਗੀ, ਕਹਿਣ ਲੱਗੇ ਰਾਜੇ ਉਹ ਚੀਜ਼ ਚਾਹੀਦੀ ਜਿਹੜੀ ਤੇਰੀ ਆਪਣੀ ਆ, ਇੱਕ ਚੀਜ਼ ਤੇਰੀ ਆਪਣੀ ਉਹ ਤੇਰਾ ਮਨ ਹੈ, ਮਨ ਸਾਨੂੰ ਦੇ ਦੇ ਅਸੀਂ ਤੈਨੂੰ ਗਿਆਨ ਦੇ ਦਿੰਦੇ। ਭਰੀ ਹੋਈ ਸਭਾ ਵਿੱਚ ਰਾਜੇ ਜਨਕ ਨੇ ਅਰਦਾਸ ਕਰਾ ਦਿੱਤੀ, ਮਹਾਰਾਜ ਇਹ ਮਨ ਮੈਂ ਤੁਹਾਨੂੰ ਗੁਰਦਕਸ਼ਣਾ ਦੇ ਰੂਪ ਵਿੱਚ ਦਿੱਤਾ, ਹੁਣ ਗੁਰਦਕਸ਼ਣਾ ਦੇ ਰੂਪ ਵਿੱਚ ਮਨ ਦੇ ਕਰਕੇ ਦੂਜੀ ਵਾਰ ਰਾਜਾ ਜਨਕ ਫਿਰ ਉੱਠਿਆ, ਘੋੜੇ ਦੇ ਪਾਸ ਗਿਆ। ਜਦੋਂ ਦੂਜੀ ਵਾਰ ਘੋੜੇ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਇਸ ਵਾਰ ਫਿਰ ਅਸਤਾਬਕਰ ਮੁਨੀ ਨੇ ਆਵਾਜ਼ ਮਾਰੀ, ਕਹਿੰਦੇ ਰਾਜੇ ਬਈ ਰੋਜ਼ਾ ਘੋੜੇ ਤੇ ਨਹੀਂ ਚੜ੍ਹਨਾ, ਹੈਰਾਨ ਹੋ ਗਿਆ। ਕਹਿੰਦਾ ਮਹਾਰਾਜ ਹੁਣ ਤੇ ਗੁਰਦਕਸ਼ਣਾ ਵੀ ਦੇ ਦਿੱਤੀ, ਹੁਣ ਕਿਉਂ ਰੋਕਿਆ? ਅਸਤਾਬਕਰ ਮੁਨੀ ਕਹਿੰਦੇ ਰਾਜੇ ਤੈਨੂੰ ਕੌਣ ਕਹਿੰਦਾ ਘੋੜੇ ਪਰ ਚੜ੍ਹ? ਕਹਿੰਦਾ ਮਹਾਰਾਜ ਮੇਰਾ ਮਨ ਕਹਿੰਦਾ। ਉਹ ਕਹਿੰਦੇ ਭਲਿਆ, ਮਨ ਤੇ ਸਾਨੂੰ ਦੇ ਦਿੱਤਾ ਆ, ਹੁਣ ਤੂੰ ਮਨ ਦੀ ਮਰਜ਼ੀ ਨਹੀਂ ਕਰ ਸਕਦਾ, ਚਰਨਾਂ ਤੇ ਡਿੱਗ ਪਿਆ। ਅਸਤਾਬਕਰ ਮੁਨੀ ਨੇ ਰਾਜੇ ਦੇ ਸਵਾਲਾਂ ਦਾ ਜਵਾਬ ਦਿਉਣੇ ਅਜੀਬ ਸੁਪਨਾ ਦੇਖਿਆ ਸੀ, ਗਰਭਤ ਏਕ ਸਿੰਘਾਸਣ ਸੋਇਆ, ਸੁਪਨੇ ਪਿਆ ਖਾਰੀ, ਦੁਨੀਆਂ ਦਾ ਬਾਦਸ਼ਾਹ ਸੁਪਨੇ ਦੇ ਵਿੱਚ ਭੁਖਾਰੀ ਬਣ ਗਿਆ। ਸਵਾਲ ਪੁੱਛਿਆ ਸੀ ਰਾਜੇ ਨੇ ਵੀ ਇਹ ਸੱਚ ਹੈ ਕਿ ਉਹ ਸੱਚ ਹੈ, ਇਹ ਜੀਵਨ ਸੱਚ ਹੈ ਜਾਂ ਉਹ ਸੁਪਨਾ ਸੱਚ ਹੈ? ਅਸਤਾਬਕਰ ਮੁਨੀ ਕਹਿਣ ਲੱਗੇ ਰਾਜੇ ਨਾ ਇਹ ਜੀਵਨ ਸੱਚ ਹੈ ਨਾ ਸੁਪਨਾ ਸੱਚ ਹੈ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਵੀ ਸਾਨੂੰ ਬੜੇ ਵਿਸਤਾਰ ਨਾਲ ਸਮਝਾਉਂਦੀ, ਗੁਰਸਿੱਖਾ ਜਾਂ ਸੁਪਨਾ ਹਰ ਦੇਖਣਾ ਐਸੇ ਜਗ ਕੋ ਜਾਣ, ਜਿਵੇਂ ਨੀਂਦ ਵਿੱਚ ਦੇਖ ਕੇ ਸੁਪਨੇ ਨੂੰ ਆ ਜਾਈਦਾ, ਸੁੱਤੇ ਪਿਆ ਸੁਪਨਾ ਚੱਲ ਪੈਂਦਾ, ਬੜੇ ਦੂਰ ਦੁਰਾਡੇ ਬੰਦਾ ਸਫ਼ਰ ਕਰਿਆਉਂਦਾ, ਬੜੇ ਉਚੋਧਿਆਂ 'ਤੇ ਬਿਰਾਜਮਾਨ ਹੋ ਜਾਂਦਾ, ਪਰ ਜਿਉਂ ਹੀ ਜਾਗ ਆਉਂਦੀ ਹੈ ਮਨ ਨੂੰ ਸਮਝਾਈਦਾ, ਮਨਾਂ ਜੋ ਕੁਝ ਦੇਖਿਆ ਕਿ ਸੁਪਨਾ ਸੀ ਅਤੇ ਸੁਪਨਾ ਝੂਠ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਵੇਂ ਸੁਪਨੇ ਵਿੱਚ ਦੇਖੀ ਗੱਲ ਨੂੰ ਝੂਠ ਮੰਨਦਾ ਆ, ਇਹ ਸੰਸਾਰ ਦੀ ਰਚਨਾ ਵੀ ਝੂਠ ਹੈ। ਜਾਂ ਸੁਪਨਾ ਹੈ ਦੇਖਣਾ ਇਸੇ ਜਗ ਤੋਂ ਜਾਣ, ਨਿਰਪੱਖ ਸੱਚ ਨਹੀਂ ਨਾਨਕ ਬਿਨ ਭਗਵਾਨ, ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ, ਇਹ ਦੁਨੀਆਂ ਦੀ ਰਚਨਾ ਹੀ ਗੁਰਮੁਖ ਪਿਆਰੇ ਸੁਪਨੇ ਵਾਂਗੂ ਆ, ਸੁਪਨਾ ਝੂਠ ਹੁੰਦਾ, ਜਗ ਰਚਨਾ ਸਭ ਝੂਠ ਹੈ। ਜਾਣ ਦੇ ਹੋਰੇ ਗੀਤ ਕਹਿ ਨਾਨਕ ਫਿਰ ਨਾਲ ਹੈ ਜੋ ਬਾਦੂ ਕੀਤੀ ਆ
ਮੁਸਲਮਾਨ ਹੁੰਦੇ ਵੱਡੇ ਛੋਟੇ ਕਿਵੇਂ ਹੋ ਗਏ? ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਵੱਡਾ ਇਸ ਕਰਕੇ ਲਿਖਿਆ ਹੈ, ਆਪਣਾ ਘਰ ਬਾਰ ਛੱਡ ਕੇ, ਪੁੱਤਰ ਧੀਆਂ ਨੂੰ ਛੱਡ ਕੇ, ਸਮਾਜ ਨੂੰ ਛੱਡ ਕੇ, ਬੜਿਆਂ ਨੇ ਬੰਦਗੀ ਕੀਤੀ, ਬੜਿਆਂ ਨੇ ਜਪ ਤਪ ਕੀਤਾ ਹੈ। ਕਹਿੰਦੇ ਰਾਜੇ ਜਨਕ ਨੂੰ ਵੱਡਾ ਇਸ ਕਰਕੇ ਲਿਖਿਆ, ਰਾਜ ਵੀ ਕੀਤਾ ਤੇ ਨਾਲ ਬੰਦਗੀ ਵੀ ਕੀਤੀ ਹੈ। ਦੋਨੋਂ ਕਰਨੇ, ਰਾਜ ਕਰਨਾ ਤੇ ਬੰਦਗੀ ਕਰਨੀ, ਦੋਨਾਂ ਨੂੰ ਇਕੱਠਿਆਂ ਕਰਨਾ ਕਹਿੰਦੇ ਬਹੁਤ ਵੱਡੀ ਗੱਲ ਹੈ, ਬੜੀ ਔਖੀ ਗੱਲ ਹੈ। ਤਾਂ ਕਰਕੇ ਵੱਡਾ ਭਗਤ ਲਿਖਿਆ, ਭਗਤ ਵੱਡਾ ਰਾਜਾ ਜਨਕ ਗੁਰਮੁਖ ਮਾਇਆ ਵਿੱਚ ਉਦਾਸੀ ਦੇ ਲੋਕ ਨੂੰ ਚੱਲਿਆ ਗਣ ਕਰਦਾ ਸਭਾ ਸੁਖ ਬਣਦੀ। ਆਓ ਗੁਰਮੁਖ ਪਿਆਰੇ, ਐਸਾ ਹੀ ਮਾਰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਦਿੱਤਾ ਹੈ। ਗੁਰਸਿੱਖਾਂ ਆਪਣੇ ਘਰ ਵਿੱਚ ਰਹਿਣਾ ਹੈ, ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨੀ ਹੈ, ਘਰ ਬਾਰ ਨਹੀਂ ਛੱਡਣਾ, ਪੁੱਤਰ ਧੀਆਂ ਨਹੀਂ ਛੱਡਣੇ, ਸਮਾਜ ਨਹੀਂ ਛੱਡਣਾ, ਕੇਵਲ ਬੁਰੇ ਕੰਮਾਂ ਨੂੰ ਛੱਡਣਾ ਆ। ਜੈਸੇ ਜਲ ਤੇ ਕਮਲ ਨਿਰਾਲ ਮੁਰਗਾਈ ਨਿਸ਼ਾਨੇ ਸੁਖ ਸ਼ਬਦ ਭਰਸਾ ਕਰੀਏ ਨਾਨਕ ਨਾਮ ਮੁੰਡਾ। ਅਨੇਕਾਂ ਪ੍ਰਮਾਣ ਤੇ ਦਲੀਲਾਂ ਨੇ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਜਿਵੇਂ ਕਮਲ ਦਾ ਫੁੱਲ ਗੰਦੇ ਪਾਣੀ ਦੇ ਵਿੱਚ ਰਹਿ ਕੇ ਗੰਦਗੀ ਤੋਂ ਨਿਰਲੇਪ ਰਹਿੰਦਾ ਹੈ, ਇਹ ਗੁਰਸਿੱਖਾਂ ਤੋਂ ਮਾਇਆ ਦੇ ਵਿੱਚ ਰਹਿ ਕੇ, ਪੁੱਤਰਾਂ ਧੀਆਂ ਦੇ ਘਰ ਬਾਰ ਦੇ ਵਿੱਚ ਰਹਿ ਕੇ, ਸਮਾਜ ਦੇ ਵਿੱਚ ਰਹਿ ਕੇ ਇਸ ਮਨ ਨੂੰ ਗੁਰਮੁਖ ਪਿਆਰੋ ਨਿਰਲੇਪ ਰੱਖਣਾ ਹੈ। ਜੈਸੇ ਜਲ ਤੇ ਕਮਲ ਨਿਰਾਲ ਮੁਰਗਾਈ ਨੇ ਸਨ, ਜਿਵੇਂ ਇੱਕ ਛੋਟਾ ਜਿਹਾ ਜੀਵ ਮੁਰਗਾਈ ਸਾਰਾ ਦਿਨ ਛੱਪੜ ਦੇ ਵਿੱਚ ਤਾਰੀਆਂ ਲਾਉਂਦਾ ਹੈ ਪਰ ਉਹਦੇ ਖੰਭ ਕਿੱਡੇ ਨਹੀਂ ਹੁੰਦੇ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮੇਰੇ ਸਿੱਖ ਦੇ ਕੋਲੇ ਸਾਰੇ ਪਦਾਰਥ ਹੋਣਗੇ, ਮਾਇਆ ਦੇ ਵਿੱਚ ਰਹੇਗਾ ਪਰ ਮਨ ਦੇ ਉੱਤੇ ਪ੍ਰਭਾਵ ਨਹੀਂ ਪੈਣ ਦੇਵੇਗਾ, ਮਨ ਕਰਕੇ ਸੁਰਤ ਕਰਕੇ ਉੱਚਾ ਰਹੇਗਾ। ਜੈਸੇ ਜਲ ਤੇ ਕਮਲ ਨਿਰਾਲ ਮੁਰਗਾਈ ਨਿਸ਼ਾਨੇ ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਮਖਾਣੇ। ਆਓ ਗੁਰਮੁਖ ਪਿਆਰੋ, ਐਸਾ ਮਾਰਗ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਮਾਰਿਆ ਸਿੱਖਾਂ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਸ ਪੰਥ ਦੇ ਜਿਹੜੇ ਸਿਧਾਂਤ ਗੁਰਮੁਖ ਪਿਆਰੋ ਜਿਹੜੀ ਮਰਯਾਦਾ ਆ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਗੁਰਸਿੱਖਾ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨੀ ਹੈ, ਕਿਰਤ ਕਮਾਈ ਕਰਦਿਆਂ ਪਰਮੇਸ਼ਰ ਦੀ ਕੀਰਤੀ ਕਰਨੀ, ਭਾਵ ਉਹਦਾ ਨਾਮ ਜਪਣਾ ਹੈ। ਫਿਰ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਲੋੜਵੰਦਾਂ ਦੇ ਵਾਸਤੇ, ਗਰੀਬ ਦੇ ਵਾਸਤੇ, ਗਰੀਬ ਦਾ ਨੂੰ ਗੁਰੂ ਕੀ ਗੋਲਕ ਵੰਡ ਕੇ ਛਕਣਾ ਹੈ। ਐਸਾ ਗੁਰਮੁਖ ਪਿਆਰੋ ਮਾਰਗ ਸਤਿਗੁਰੂ ਜੀ ਨੇ ਸਾਨੂੰ ਦੇਣਾ ਕੀਤਾ। ਮਨਹਾਲੀ ਕਿਰਸਾਨੀ ਕਰ, ਖੇਤ ਨੂੰ ਚੰਗੀ ਤਰ੍ਹਾਂ ਸਵਾਰ ਕੇ ਗੁਰਮੁਖ ਪਿਆਰੋ, ਫਿਰ ਉਹਦੀ ਬੱਤਰ ਸਾਂਭੀ ਜਾਂਦੀ, ਪਾਣੀ ਲਾਇਆ ਜਾਂਦਾ ਸਵਾਰ ਕੇ, ਫਿਰ ਬੱਤਰ ਸਾਂਭੀ ਜਾਂਦੀ ਹੈ, ਚੰਗੇ ਬੀਜ ਬੀਜੇ ਜਾਂਦੇ ਆ, ਫਿਰ ਗੁਰਮੁਖ ਪਿਆਰੋ ਨੂੰ ਪਾਣੀ ਲੈ ਕੇ ਉਹਦੀ ਸੰਭਾਲ ਕਰਕੇ ਫਿਰ ਕਿਤੇ ਜਾ ਕੇ ਗੁਰਮੁਖ ਪਿਆਰੋ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਵੇਂ ਤੂੰ ਬਾਹਰੀ ਤੌਰ 'ਤੇ ਕਿਰਸਾਨੀ ਕਰਦਾ, ਖੇਤੀ ਕਰਦਾ, ਖੇਤਾਂ ਨੂੰ ਸੰਵਾਰਦਾ, ਗੁਰਸਿੱਖਾਂ ਆਪਣੇ ਸਰੀਰ ਰੂਪੀ ਖੇਤ ਦੇ ਵਿੱਚ ਨਾਮ ਰੂਪੀ ਬੀਜ ਬੀਜਦੇ, ਮਨ ਹਾਲੀ ਕਿਰਸਾਨੀ ਕਰਨੀ, ਇਸ ਮਨ ਨੂੰ ਹਾਲੀ ਬਣਾ ਲਾ, ਸਰੀਰ ਰੂਪੀ ਖੇਤ ਦੇ ਵਿੱਚ ਵਾਹਿਗੁਰੂ ਦੇ ਨਾਮ ਰੂਪੀ ਬੀਜ ਬੀਜਦੇ, ਮਨ ਹਾਲੀ ਕਿਰਸਾਨੀ ਕਰਨੀ, ਪਰਮ ਪਾਣੀ ਕਰਕੇ ਫਿਰ ਨਾਮ ਰੂਪੀ ਬੀਜ ਬੀਜ ਕੇ ਪਾਣੀ ਕਿਹੜਾ ਦੇਣਾ ਹੈ, ਜੋ ਤੂੰ ਉਦਮ ਉਪਰਾਲਾ ਕਰਕੇ ਸੇਵਾ ਸਿਮਰਨ ਕਰੇਗਾ ਮਹਾਰਾਜ ਕਹਿੰਦੇ ਪਾਣੀ ਦੇਣ ਦੇ ਤੁਲ ਹੋਵੇਗਾ। ਨਾਮ ਬੀਜ ਸੰਤੋਖ ਸੁਹਾਗਾ, ਜਿਵੇਂ ਖੇਤਾਂ ਵਿੱਚ ਬੀਜ ਬੀਜ ਕੇ ਮਿੱਟੀ ਨਾਲ ਬੀਜਾਂ ਨੂੰ ਢੱਕ ਦੇਈਦਾ ਨਹੀਂ ਤੇ ਕੀੜੇ ਮਕੌੜੇ ਪੰਛੀ ਚੁੱਕ ਕੇ ਲੈ ਜਾਂਦੇ ਆ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਰਸਿੱਖਾਂ ਕਰਮ ਧਰਮ ਕਰਕੇ, ਸੇਵਾ ਸਿਮਰਨ ਕਰਕੇ ਸੰਤੋਖ ਧਾਰਨ ਕਰਨਾ, ਸੰਤੋਖ ਦਾ ਸੁਹਾਗਾ ਮਾਰਨਾ, ਰੱਬ ਗਰੀਬੀ ਦੇ ਤੇ ਜਿਵੇਂ ਖੇਤਾਂ ਦੇ ਰਾਂਗੇ ਰੱਖੀ ਦੇ ਕਿਤੇ ਆਵਾਰਾ ਪਸ਼ੂ ਖੇਤਾਂ ਨੂੰ ਉਜਾੜ ਨਾ ਦੇਣ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਰੀਰ ਰੂਪੀ ਖੇਤ ਦੇ ਵਿੱਚ ਵਾਏ। ਆਓ ਐਸਾ ਮਾਨ ਸਤਿਗੁਰੂ ਜੀ ਨੇ ਸਾਨੂੰ ਦੇਣਾ ਕੀਤਾ ਹੈ। ਆਓ ਆਪਾਂ ਦੀ ਬਾਣੀ ਵਾਲੇ ਨੂੰ ਸੇਵਾ ਸਮਝ ਦੇ ਨਾਲ ਜੁੜੀਏ, ਮਨ ਹਾਲੀ ਕੁਰਬਾਨੀ ਕਰਨੀ, ਸਰਬ ਪਾਣੀ ਕਰਕੇ ਨਾਮ ਜੀ ਸੰਤੋਖ ਸੁਹਾਗਾ। ਇਸ ਮਨ ਨੂੰ ਬਣਾ ਕੇ ਹਾੜੀ ਦੇਹੀ ਵਿੱਚ ਨਾਮ ਬੀਜ ਲਾਰੀ, ਇਸ ਮਨ ਨੂੰ ਬਣਾ ਕੇ। ਪਾਣੀ ਸਮਾਪਤ ਹੋ ਜਾਂਦਾ, ਘੜਾ ਸੁੱਕ ਜਾਂਦਾ ਹੈ, ਇਸੇ ਤਰ੍ਹਾਂ ਗੁਰਮੁਖ ਪਿਆਰੇ ਦੇ ਅਨੁਸਾਰ 24,000 ਸਵਾਰ
ਘੰਟਿਆਂ ਦੇ ਵਿੱਚ ਆਪਾਂ ਸਾਰੇ ਜਣੇ ਰਹਿੰਦੇ ਹਾਂ। ਮਿਲੇ ਹੋਏ ਖਜ਼ਾਨੇ ਦੇ ਵਿੱਚੋਂ ਸਮਾਸਾਂ ਦਾ ਜਿਹੜਾ ਗੁਰਮੁਖ ਪਿਆਰਿਓ ਗਿਣਤੀ ਆ ਉਹ ਘੱਟਦੀ ਜਾ ਰਹੀ ਆ। ਸਮਾਂ ਪੂਰਾ ਕੀਤਾ ਸੀ ਮਹਾਰਾਜ ਪਿਛਲੇ ਦੁਨਾਂ ਦੇ ਮੁਕਾਬਲੇ ਕਣਕ ਦੇ ਜੀਵ ਕੋਲ ਬਹੁਤ ਘੱਟ ਸਮਾਂ ਹੈ। ਸਤਿਗੁਰੂ ਜੀ ਕੋਈ ਸੰਖਾ ਦਾ ਮਾਲਕ ਦੱਸੋ ਜਿਹਦੇ ਨਾਲ ਇਹ ਕਣਕ ਦਾ ਜੀਵ ਸੱਜੇ ਭਵ ਸਾਗਰ ਤੋਂ ਪਾਰ ਹੋ ਜਾਏ। ਸਤਿਗੁਰੂ ਅਰਜਨ ਦੇਵ ਸੱਜੇ ਪਾਤਸ਼ਾਹ ਨੇ ਗੁਰਸਿੱਖਾਂ ਦੇ ਸਵਾਲ ਦਾ ਜੋ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦਰਜਾ ਕਰਮ ਧਰਮ ਪਾਖੰਡ ਜੋ ਦੀਸਾ ਨਾਮ ਲਗਾ ਜੇ ਕੋ ਬਚਤ ਕਮਾਵਾ ਸੰਤਨ ਕਾ ਗੁਰਪ੍ਰਸਾਦੀ ਕਰੀਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਣਗੇ, ਗੁਰਬਾਣੀ ਨੂੰ ਪੜ੍ਹ ਸੁਣ ਕੇ ਗੁਰਬਾਣੀ ਦੇ ਅਨੁਸਾਰ ਜੀਵਨ ਜਾਵਾਂਗੇ, ਮਹਾਰਾਜ ਕਹਿੰਦੇ ਸਹਿਜੇ ਭਵ ਸਾਗਰ ਤੋਂ ਪਾਰ ਹੋ ਜਾਣਗੇ। ਆਓ ਅੱਜ ਵੀ ਗੁਰੂ ਜੀ ਦੇ ਬਚਨ ਜਿਹਨਾਂ ਨੇ ਪੜ੍ਹੇ ਆ, ਪੜ੍ਹ ਕੇ ਸੁਣੇ ਆ, ਮੰਨਣਾ ਕੀਤਾ ਗੁਰਮੁਖ ਪਿਆਰ ਜਿਹਨੀ ਨਾਮ ਧਿਆਇਆ ਗਏ ਸੰਕਟ ਕਾਲ ਨਾਨਕ ਤੇ ਗੁਰਮੁਖਲੇ
ਆਪਣਾ ਸਭ ਤੋਂ ਚਲੋ ਆਨੰਦ ਲਾਗਾ ਪਾਛੇ ਜੋ ਬੇਨਤੀ ਸੋ ਬੇਨਤੀ ਆਓ ਲੈਂਦੇ ਸਮੇਤੀ ਸਮਾਗ ਕਰੀਏ ਦਾਣੀ ਪਾਣੀ ਨਾਲ ਕਰੀਏ ਸੇਵਾ ਸਿਮਨ ਦੇ ਨਾਲ ਜੁੜੀ ਖੱਟੇ ਬਾਟੇ ਦਾ ਅਮਰਸ ਲੱਗੇ ਲੋਕ ਸੁਖੀਏ ਪਰ ਲੋਕ ਸੇਵੇ ਨਾਨਕ ਕਰ ਪਵੇ ਆਪੇ ਮੇਲੇ ਪੜਨ ਦਾ ਜਤਨ ਕਰੀਏ ਆਓ ਆਪਣੇ ਮਾਈ ਭਾਈ ਗੁਰਮੁਖ ਪਿਆਰੇ ਦੂਰੋਂ ਨੇੜੇ ਚੱਲ ਕੇ ਸਰਦਾਰ ਕਰਮ ਸਿੰਘ ਜੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹੋ ਆਪਦੀ ਸਮੂਹ ਸੰਗਤਾਂ ਦਾ ਇੱਥੇ ਪਹੁੰਚਣ ਤੇ ਉਹਨਾਂ ਦੇ ਪੁੱਤਰ ਸਰਦਾਰ ਨੱਕਾ ਸਿੰਘ ਜੀ ਉਹਨਾਂ ਦੇ ਪੁੱਤਰ ਭਾਈ ਸੁਰਿੰਦਰ ਸਿੰਘ ਭਾਈ ਹਰਗੋਪਾਲ ਸਿੰਘ ਸਾਰੇ ਪਰਿਵਾਰ ਦੇ ਵੱਲੋਂ ਪੰਕਜ ਸ਼ੰਕਰ ਦਾ ਸਤਿਕਾਰ ਕੀਤਾ ਜਾਂਦਾ ਹੈ ਧੰਨਵਾਦ ਕੀਤਾ ਜਾਂਦਾ ਹੈ ਬੋਲਦਿਆਂ ਦੌਰਾਨ ਕਈ ਪ੍ਰਕਾਰ ਦੀਆਂ ਗਲਤੀਆਂ ਤਰੁੱਤੀਆਂ ਰਹਿ ਗਈਆਂ ਹੋਣਗੀਆਂ ਆਪਦੀ ਸੰਗਤਾਂ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਜੋ ਬਖਸ਼ ਲੈਣਾ ਭੁੱਲਦਾ ਦਿੱਤਾ ਦੀ ਮਾਫੀ ਆਓ ਪੈਦਾ ਛੇ ਪੌੜੀਆਂ ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾ ਫਿਰ ਸਾਰੀ ਸੰਗਤ ਨੇ ਬੜੀ ਸਾਵਧਾਨੀ ਔਰ ਇਕਾਗਰਤਾ ਦੇ ਨਾਲ ਗੁਰੂ ਚਰਨਾਂ ਦੇ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਮੈਂ ਜ਼ਰੂਰੀ ਬੇਨਤੀ ਆਪ ਦੀ ਸੰਗਤ ਦੇ ਚਰਨਾਂ ਵਿੱਚ ਕਰਦੇ ਹਾਂ ਕਿ ਜਿਹਨਾਂ ਜਿਹਨਾਂ ਦੇ ਕੋਲ ਮੋਬਾਈਲ ਫੋਨ ਹੈ ਕਿਰਪਾ ਕਰਕੇ ਸਵਿਚ ਆਫ ਕਰ ਲਓ ਜਾਂ ਸਾਈਲੈਂਟ ਕਰ ਲਓ ਅਰਦਾਸ ਆਪਾਂ ਕਰਨੀ ਅਰਦਾਸ ਉਹ ਪ੍ਰਵਾਨ ਹੁੰਦੀ ਹੈ ਜਿਹੜੀ ਅਰਦਾਸ ਇਕਾਗਰਤਾ ਦੇ ਸਹਿਤ ਕੀਤੀ ਜਾਵੇ ਬੇਨਤੀ ਕਦੇ ਨਾ ਹੋ ਗਈ ਜਾਣਕੀ ਅਰਦਾਸ ਨਾਲ ਜੋ ਪਵਿੱਤਰਤਾ ਪੂਰਨ ਮੰਤਾ ਕਈ ਵਾਰੀ ਦੇਖੀਦਾ ਕਿ ਅਰਦਾਸ ਚੱਲ ਰਹੀ ਹੁੰਦੀ ਕਿਸੇ ਦੇ ਪਾਉਣ ਦੀ ਰੰਗ ਵੱਜਦੀ ਹੈ ਜੁੜਿਆ ਹੋਇਆ ਮਨ ਇੱਕਦਮ ਟੁੱਟ ਜਾਂਦਾ ਹੈ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਆਓ ਆਪਾਂ ਪਾਪਾਂ ਦੇ ਭਾਗੀ ਨਹੀਂ ਬਣਨਾ ਕਿੱਥੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਣ ਵਾਸਤੇ ਆਏ ਹਾਂ ਮੈਂ ਬੇਨਤੀ ਕਰਾਂ ਕਿ ਜਿਹਨਾਂ ਜਿਹਨਾਂ ਦੇ ਕੋਲ ਮੋਬਾਇਲ ਫੋਨ ਹੈ ਉਹਨਾਂ ਫੋਨਾਂ ਨੂੰ ਜਾ ਕੇ ਸਵਿਚ ਆਫ ਕਰ ਲਓ ਜਾਂ ਸਾਈਲੈਂਟ ਕਰ ਲਓ ਤਾਂ ਕਿ ਆਪਾਂ ਸਾਰੇ ਜਣੇ ਇਕਾਗਰਤਾ ਦੇ ਸਹਿਤ ਗੁਰੂ ਚਰਨਾਂ ਵਿੱਚ ਅਰਦਾਸ ਵਿੱਚ ਸ਼ਾਮਲ ਹੋ ਸਕੀਏ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਰਨੀ ਹੈ ਆਪਣੀ ਵਾਰ ਬਖਸ਼ ਬਣਨੇ ਕੋ ਬਹੁਤ ਭਰਜਤ ਮੇਰਾ ਸੰਗਤ ਸਾਹਿਬਾਂ ਨੇ ਕਿਹਾ ਉਹ ਕਿਰਪਾ ਹੋਵੇ ਜੋ ਸੱਜਣਾ ਸਿੱਖਰੀਆਂ ਲੋਹਵੈ ਸਾਹਿਬ ਤੋਂ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰੋ ਸਰਦਾਰ ਕਰਮ ਸਿੰਘ ਦੀ ਵਿਛੜੀ ਜੀਵਾਤਮਾ ਨੂੰ ਜਿਹੜੀਆਂ ਮੇਰੀਆਂ ਦੋਨਾਂ ਤੋਂ ਬਚਾ ਕੇ 84 ਦੇ ਗੇੜ ਨੂੰ ਕੱਟਦਿਆਂ ਹੋਇਆਂ ਸਰੀਰ ਕਰਨ ਵਾਸਤੇ ਚਰਨਾਂ ਚ ਨਿਵਾਸ ਬਖਸ਼ਣਾ ਪਿਛਲੇ ਪਰਿਵਾਰ ਨੂੰ ਭਾੜਾ ਮੰਨਣ ਦਾ ਵਰ ਬਖਸ਼ਣਾ ਅੱਗੇ ਵਾਸਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪਰਿਵਾਰ ਦਾ ਭਲਾ ਕਰਨਾ ਪਰਿਵਾਰ ਨੂੰ ਭਾੜਾ ਮੰਨਣ ਦਾ ਵਰ ਬਖਸ਼ਣਾ ਆਓ ਪਹਿਲਾਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰ ਸਾਰੇ ਮਾਈ ਭਾਈ ਗੁਰਮੁਖ ਪਿਆਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ੁਕਰ ਗੁਜ਼ਾਰ ਰਹੀਏ ਅਰਦਾਸ ਦੇ ਵਿਸ਼ਾਲ ਕਰੀਏ ਵਾਹਿਗੁਰੂ ਜੀ ਸਿੱਖੋ ਸ਼ਬਦ ਪਿਆਰਿਓ ਜਨ ਮਰਨ ਕੀਤੇ ਮੁੱਖ ਗੁਜਰ ਸਦਾ ਸੁਖੀ ਨਾਨਕ ਸਿਮਰ ਕੇ ਕ੍ਰਾਂਤਰੀ ਮਹੱਲਾ ਤੀਜਾ ਅਨੰਦ ਓਕਾਰ ਸਤਿਗੁਰ ਪ੍ਰਸਾਦ Thank you.
ਵਾਹਿਗੁਰੂ 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 ਜੀ
ਸਤਿਕਾਰੀ ਨਾਮ ਬਦਰਕਾ ਸਭ ਸੁਖੋਏ ਰਹਿਣ ਖਾਲਸਾ ਪਾਠਕਾ ਤਾਂ ਸਮਸਿਆ ਰਾਏ ਤੋਂ ਦੇ ਕਿਰਪਤ ਹੈ ਰਤਕੀ ਮੈਂ ਮੰਕੀ ਜੀ ਦਾ ਸ੍ਰੀ ਕਰਨੀ ਸਮਾਏ ਖਾਲਸਾ ਜੀ ਕੀ ਬੋਲ ਬਾਣੀ ਬੋਲੋ ਜੀ ਪਤਰੀ ਸਥਾਨ ਸਿੱਖਿਆ ਨਾ ਸ੍ਰੀ ਮਹਲਾ ਪੰਜਵਾ
हमारे निमुख निमुख तुम ही प्रतपाल हो, हम बारिक तुम्हारे तारे, तुम दाते ठाकुर प्रतपाल का नायक खसम हमारे निमुख निमुख तुम ही प्रतपाल हो, हम बारिक तुम्हारे तारे, दिहगा एका कवन गुण कहिया देश मार दे अंत स्वामी तेरो अंत ना किन्हीं लहिया समझाव हो, हम अज्ञान अलप मत थोरी तुम अपन बिरदर खाव हो, तुम्हारी शरण तुम्हारी आशा तुम ही सजना सोहिले रखो रखन हार नानक करके बोले तुम्हारी शरण तुम्हारी आशा तुम ही सजना सोहिले रखो रखन जुगो जुग अटल दास पात संयम दी जगदी जोत गति ते स्वायमान चवर छत्र दे मालक साहिब श्री गुरु ग्रंथ साहिब महाराज जी दा कोटान कोट धन्यवाद कीता जांदा है। देहा जी लिखिया ਇਹਾ ਹੁਕਮ ਕਮਾਹੇ ਧੰਦੇ ਆਵਤ ਨਾਨਕਾ ਅੱਧੇ ਉੱਥੇ ਜਾਣੇ ਦੇ ਮਹਾਂਵਾਰ ਅਨੁਸਾਰ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਬਾਬਾ ਕਰਮ ਸਿੰਘ ਜੀ ਨੌ ਦਹਾਕੇ ਦੀ ਉਮਰ ਲੈ ਕੇ ਇਸ ਜਗ ਤੋਂ ਸੰਸਾਰ ਯਾਤਰਾ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਯਾਦ ਰਾਜੀ ਸਨ। ਸਾਰੇ ਹੀ ਪਰਿਵਾਰ ਵੱਲੋਂ ਜਿਸ ਖਾਤਰ ਸਿਉਂ ਨਾਮ ਵਿਚਾਰਾ ਆਪ ਪੂਜੈ ਸਭ ਨਮਸਕਾਰਾ ਜਿਸ ਅੱਗੇ ਜੋਰ ਨਾ ਚੱਲਾਈ ਥੱਲਾ ਕੀਤਾ ਅਰਦਾਸ ਉਸ ਪ੍ਰਭੂ ਪਰਮਾਤਮਾ ਨੂੰ ਦੇ ਹੁਕਮ ਨੂੰ ਮੰਨਦੇ ਹੋਏ ਧੁਰਤੀ ਬਾਣੀ ਆਈ ਤਿੰਨ ਸਗਲੀ ਤਿੰਨ ਸਮਤਾਈ ਕੇ ਸਾਰੇ ਹੀ ਵੱਡੇ ਛੋਟੇ ਪਰਿਵਾਰ ਨੇ ਰਲ ਮਿਲ ਕੇ ਸਤਿਗੁਰਾਂ ਦੀ ਗੁਰਬਾਣੀ ਦਾ ਕੋਟ ਆਸਰਾ ਲਿਆ। ਬਾਬਾ ਜੀ ਦੀ ਮੌਤ ਵਾਲੇ ਦਿਨ ਤੋਂ ਲੈ ਕਰਕੇ ਜਿਨ੍ਹਾਂ ਨੇ ਇਹਨਾਂ ਦੇ ਘਰ ਦੇ ਵਿੱਚ ਪਹੁੰਚ ਕੇ ਦੁੱਖ ਵੰਡਾਇਆ ਦੁੱਖ ਨੂੰ ਸਾਂਝਾ ਕੀਤਾ ਦੁੱਖ ਨੂੰ ਵਧਾਉਣ ਦਾ ਯਤਨ ਕੀਤਾ ਉਸ ਦਿਨ ਤੋਂ ਲੈ ਕਰਕੇ ਅੱਜ ਤੱਕ ਜਿੰਨੀ ਵੀ ਸੰਗਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਈ ਹੈ ਜਾਂ ਅੱਜ ਅੰਤਮ ਅਰਦਾਸ ਦੇ ਵਿੱਚ ਪਹੁੰਚੀ ਹੈ ਸਾਰੇ ਹੀ ਇਸ ਪਰਿਵਾਰ ਵੱਲੋਂ
ਦਾ ਤਹਿ ਤੋਂ ਧੰਨਵਾਦ ਕੀਤਾ ਜਾਂਦਾ ਹੈ। ਧਰਮ ਸਥਾਨਾਂ ਵਾਸਤੇ ਤੋਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਕੌਣੀ ਵਾਲੇ ਮੋੜ 'ਤੇ ਜੋ ਸ਼ਮਸ਼ਾਨ ਘਾਟ ਬਣਿਆ ਹੈ, ਪਰਿਵਾਰ ਵੱਲੋਂ 51,000 ਰੁਪਇਆ ਅੰਤਿਮ ਯਾਤਰਾ ਵੈਨ ਵਾਸਤੇ ਦਿੱਤਾ ਗਿਆ ਹੈ। ਦੂਸਰੇ ਨੰਬਰ 'ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਨੂੰ 2100 ਰੁਪਇਆ ਮਾਇਆ ਅਰਦਾਸ ਹੋਈ, ਗੁਰਦੁਆਰਾ ਨਾਨਕ ਪਾਤਸ਼ਾਹ ਜੀ ਨੂੰ 2100 ਰੁਪਇਆ ਮਾਇਆ ਅਰਦਾਸ ਹੋਈ, 2100 ਰੁਪਇਆ ਡੇਰਾ ਬਾਬਾ ਕ੍ਰਿਸ਼ਨ ਦਾਸ ਜੀ, 2100 ਰੁਪਇਆ ਡੇਰਾ ਬਾਬਾ ਕ੍ਰਿਸ਼ਨ ਦਾਸ ਜੀ ਗਊਸ਼ਾਲਾ ਨੂੰ ਮਾਇਆ ਅਰਦਾਸ ਕਰਵਾਈ ਗਈ ਹੈ। ਸਤਿਗੁਰੂ ਮਹਾਰਾਜ ਕਿਰਤ ਕਮਾਈਆਂ ਸਫਲ ਕਰਨਾ, ਬਾਬਾ ਕਰਮ ਸਿੰਘ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਥ ਸੰਬੰਧੀਆਂ ਨੂੰ ਭਾਣਾ ਮੰਨ ਦਾ ਬਲ ਬਖਸ਼ਿਸ਼ ਕਰਨਾ, ਸੋਗ ਸੰਦੇਸ਼ ਹੋਰ ਵੀ ਆਏ ਹਨ ਸੁਜੀਵੀ ਵਿਛੋੜੇ ਤੋਂ, ਜਿੰਨੇ ਵੀ ਸੋਗ ਸੰਦੇਸ਼ ਆਏ ਹਨ ਸਾਰਿਆਂ ਦਾ ਇੱਥੇ ਪਹੁੰਚਣ 'ਤੇ, ਸੋਗ ਸੰਦੇਸ਼ ਪਹੁੰਚਣ 'ਤੇ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਸਾਰੇ ਹੀ ਬਰਾੜ ਬਰਾੜ ਵੱਲੋਂ ਉਹਨਾਂ ਦਾ। ਸੋ ਸਤਿਗੁਰਾਂ ਦੀ ਕਿਰਪਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਭਾਈ, ਦੇਗ ਲੈਣ ਤੋਂ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਬੈਠ ਕੇ ਹੀ ਰਿਸ਼ਤੇਦਾਰ ਸਾਥ ਸੰਬੰਧੀਆਂ ਨੇ ਦੁੱਖ ਸਾਂਝਾ ਕਰਨਾ ਹੈ। ਸੋਗ ਸੰਦੇਸ਼ ਹੋਰ ਵੀ ਆਏ ਹਨ ਭਾਈ ਜਗਜੀਤ ਸਿੰਘ ਤਾਰੀਆ, ਚੇਅਰਮੈਨ ਲੋਧਾ, ਇਹਨਾਂ ਵੱਲੋਂ ਵੀ ਸੋਗ ਸੰਦੇਸ਼ ਆਇਆ ਹੈ। ਸੋ ਜਿੰਨੇ ਵੀ ਸੋਗ ਸੰਦੇਸ਼ ਪਹੁੰਚੇ ਹਨ ਸਾਰਿਆਂ ਦਾ ਇਸ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਮੌਤ ਵਾਲੇ ਦਿਨ ਤੋਂ ਲੈ ਕਰਕੇ ਅੱਜ ਤੱਕ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ, ਪਰਿਵਾਰ ਦੇ ਵਿੱਚ ਘਰ ਦੇ ਵਿੱਚ ਬੈਠ ਕੇ ਦੁੱਖ ਸਾਂਝਾ ਕਰਕੇ ਗਏ ਸਾਰਿਆਂ ਦਾ ਅੱਜ ਤੱਕ ਤਹਿ ਦਿਲੋਂ ਧੰਨਵਾਦ ਹੈ ਭਾਈ, ਜੀਆਂ ਆਖਿਆ ਜਾਂਦਾ ਹੈ ਸਾਰੀ ਸੰਗਤ ਨੂੰ। ਸੋ ਗੁਰੂ ਘਰ ਲੰਗਰ ਚੱਲ ਰਿਹਾ ਹੈ, ਜਿਨ੍ਹਾਂ ਨੇ ਨਹੀਂ ਛਕਿਆ ਲੋੜ ਮੁਤਾਬਕ ਲੰਗਰ ਹਾਲ ਦੇ ਵਿੱਚ ਹਾਜ਼ਰੀ ਲਵਾ ਕੇ ਜਾਣਾ। ਸੋ ਪਰਿਵਾਰ ਵੱਲੋਂ ਬੇਨਤੀ ਹੈ ਜਿਨ੍ਹਾਂ ਨੇ ਦੁੱਖ ਸਾਂਝਾ ਕਰਨਾ ਹੈ ਭਾਈ ਇੱਥੇ ਬੈਠ ਕੇ ਦੁੱਖ ਸਾਂਝਾ ਕਰ ਸਕਦੇ ਹਨ। ਮੈਂ ਬੇਨਤੀ